ਖਤਮੀ ਕਹਾਣੀ ਈਸਵੇ ਜੋ ਪਕੜਵਾਇਆ ਜਾਂਦਾ ਹੈ। ਹਰ ਸਾਲ ਯਹੂਦੀ ਲੋਕ ਫਸਹ ਦੇ ਤਿਉਹਾਰੇ ਜੋ ਮਨਾਉਂਦੇ ਥੇ, ਇਹ ਇਸ ਬਾਰੇ 'ਚ ਇੱਕ ਤਿਉਹਾਰ ਥਾ ਕਿ ਕੋਈ 57 ਪਹਿਲੇ ਪਰਮਾਤਮਾ ਤਿਨ੍ਹਾਂ ਦੇ ਪੂਰਵਜਾਂ ਜੋ ਮਿਸਰ ਦੇ ਦਸਤਵੇ ਤੇ ਛਡਾਇਆ ਥਾ। ਲਗਭਗ 3 ਸਾਲਾਂ ਦੇ ਬਾਅਦ ਇਸਮੈਂ ਸਾਰਵਜਨਿਕ ਰੂਪੇ ਤੇ ਪ੍ਰਚਾਰ ਕਰਨਾ ਕਨੇ ਸਿੱਖਿਆ ਦੇਣਾ ਸ਼ੁਰੂ ਕੀਤਾ। ਇਸਮੈਂ ਆਪਣੇ ਚੇਲਿਆਂ ਜੋ ਦੱਸਿਆ ਕਿ ਸਹਿ ਤਿਨ੍ਹਾਂ ਦੇ ਸੋਗੀ ਯਰੂਸ਼ਲਮ 'ਚ ਫਸਹ ਦੇ ਤਿਉਹਾਰੇ ਜੋ ਮਨਾਉਣਾ ਚਾਹੁੰਦੇ ਹਨ, ਕਨੇ ਇਹ ਵੀ ਕਿ ਸਹਿ ਉੱਥੋਂ ਮਾਰੀ ਦਿੱਤਾ ਜਾਵੇਗਾ। ਈਸਵੇ ਦੇ ਚੇਲਿਆਂ 'ਚ ਇੱਕ ਯਹੂਦਾ ਨਾਏ ਦਾ ਮਾਣੂ ਥਾ। ਯਹੂਦਾ ਪ੍ਰੇਰਿਤਾਂ ਦੇ ਪੈਸਿਆਂ ਦੀ ਇਹ ਥੈਲੀਏ ਜੋ ਰੱਖਣੇ ਦਾ ਪ੍ਰਭਾਰੀ ਥਾ, ਅਪਰ ਅਕਸਰ ਸਹਿ ਥੈਲੀਏ ਤੇ ਪੈਸਿਆਂ ਕੱਢੀ ਲੈਂਦਾ ਥਾ। ਯਿਸੂ ਕਨੇ ਚੇਲਿਆਂ ਦੇ ਯਰੂਸ਼ਲਮ 'ਚ ਪੁੱਜਣੇ ਦੇ ਬਾਅਦ ਯਹੂਦਾ ਯਹੂਦੀ ਲੋਕਾਂ ਅੱਲੀ ਗਿਆ। 3 ਪੈਸਿਆਂ ਦੇ ਬਦਲੇ 'ਚ ਈਸਵੇ ਜੋ ਤਿਨ੍ਹਾਂ ਦੇ ਹੱਥਾਂ 'ਤੇ ਪਕੜਵਾਉਣੇ ਦੀ ਯੋਜਨਾ ਰੱਖੀ। ਸਹਿ ਜਾਣਦਾ ਥਾ ਕਿ ਯਹੂਦੀ ਅਗਵੇ ਮੰਨਦੇ ਨਹੀਂ ਥੇ ਕਿ ਯਿਸੂ ਹੀ ਮਸੀਹ ਥਾ। ਸਹਿ ਜਾਣਦਾ ਥਾ ਕਿ ਸਹਿ ਤਿਸੀਓ ਮਾਰੀ ਦੇਣਾ ਚਾਹੁੰਦੇ ਥੇ। ਮਹਾਯਾਜਕ ਦੇ ਗਲਾਣੇ ਪਰ ਯਹੂਦੀ ਅਗਵਾਂ ਈਸਵੇ ਜੋ ਤਿਨ੍ਹਾਂ ਦੇ ਹੱਥਾਂ 'ਚ ਪਕੜਵਾਉਣੇ ਤਾਈਂ ਯਹੂਦਾ ਜੋ 30 ਚਾਂਦੀਏ ਦੇ ਸਿੱਕੇ ਦਿੱਤੇ। ਇਹ ਇਸ ਤਰੀਕੇ ਹੋਇਆ ਜਿਵੇਂ ਕਿ ਭਵਿਸ਼ਯ ਵਕਤਾਂ ਗਲਾਇਆ ਥਾ ਕਿ ਹੁੰਗਾ ਯਹੂਦਾ ਮੰਨੀ ਗਿਆ ਕਨੇ ਪੈਸਿਆਂ ਲਈ ਕਰੀ ਚਲੀ ਗਿਆ। ਸਹਿ ਈਸਵੇ ਜੋ ਪਕੜਵਾਉਣੇ 'ਚ ਤਿਨ੍ਹਾਂ ਦੀ ਮਦਦ ਕਰਨੇ ਤਾਈਂ ਉਸੇ ਅਫਸਰੇ ਦੀ ਖੋਜ ਕਰਨਾ ਲੱਗਾ। ਯਰੂਸ਼ਲਮੇ 'ਚ ਇਸਮੈਂ ਆਪਣੇ ਚੇਲਿਆਂ ਸੋਗੀ ਫਸਾ ਦਾ ਤਿਉਹਾਰ ਮਨਾਇਆ। ਫਸਾ ਦੇ ਭੋਜੇ ਦੇ ਜ਼ਰੀਏ ਇਸਮੈਂ ਰੋਟੀ ਲਈ ਕਰੀ ਤੋੜੀ, 3 ਗਲਾਇਆ, ਇਸੀਏ ਲਿਆ ਕਨੇ ਖਾ, ਇਹ ਮੇਰਾ ਸਰੀਰ ਹੈ ਜਿਹੜਾ ਮੈਂ ਤੁਹਾਂ ਤਾਈਂ ਦਿੰਦਾ ਹੈ, ਇਸੀਓ ਮੇਰੀਆਂ ਯਾਦਾਂ 'ਚ ਕਰਨਿਓ। ਇਸ ਤਰੀਕੇ ਇਸਮੈਂ ਗਲਾਇਆ ਕਿ ਸਹਿ ਤਿਨ੍ਹਾਂ ਤਾਈਂ ਮਰੀ ਜਾਂਗਾ, ਮਤਲਬ ਤਿਨ੍ਹਾਂ ਤਾਈਂ ਸਹਿ ਆਪਣੇ ਸਰੀਰ ਜੋ ਬਲੀ ਚੜ੍ਹਾਉਣੇ ਤਾਈਂ ਦਿੰਗਾ। ਫਿਰ ਇਸਮੈਂ ਇੱਕ ਦਾਖ ਰੱਸੇ ਦੇ ਪਿਆਲੇ ਜੋ ਲਿਆ ਕਨੇ ਗਲਾਇਆ, ਇਸੀਓ ਪੀ ਲਿਆ, ਇਹ ਨੋਈਆਂ ਬਾਚਾਂ ਦਾ ਮੇਰਾ ਲਹੂ ਹੈ ਜਿਹੜਾ ਕਿ ਮੈਂ ਉਡੇਲਗਾ ਤਾਂ ਕਿ ਪਰਮਾਤਮਾ ਤੁਹਾਂ ਦੇ ਪਾਪਾਂ ਜੋ ਮਾਫ ਕਰੇ। ਹਰ ਵਾਰੀ ਇਸੀਓ ਪੀਂਦੇ ਵਕਤ ਮੇਰੀ ਯਾਦਾਂ 'ਚ ਇਸੀਓ ਕਰਾ ਜਿਹੜਾ ਮੈਂ ਹੁਣ ਕਰਦਾ ਹੈ। ਤਾਲੂ ਇਸਮੈਂ ਆਪਣੇ ਚੇਲਿਆਂ ਜੋ ਗਲਾਇਆ, ਤੁਹਾਂ 'ਚ ਇੱਕ ਮਾਣੂ ਮਿੰਜੋ ਪਕੜਵਾਉਣ ਵਾਲਾ ਹੈ। ਚੇਲੇ ਹੈਰਾਨ ਹੋਈ ਗਏ ਕਨੇ ਪੁੱਛਣਾ ਲੱਗੇ ਕਿ ਕੁਣ ਦਿਆ ਕੰਮ ਕਰਗਾ। ਇਸਮੈਂ ਗਲਾਇਆ, ਮਿੰਜੋ ਪਕੜਵਾਉਣ ਵਾਲਾ ਮਾਣੂ ਸਹਿ ਹੈ ਜਿਸੀਓ ਮੈਂ ਇਹ ਰੋਟੀਆਂ ਦਾ ਟੁਕੜਾ ਦਿੰਦਾ ਹੈ। ਤਾਲੂ ਤਿੰਨੀ ਸਹਿ ਰੋਟੀ ਯਹੂਦਾ ਜੋ ਦਿੱਤੀ। ਤਿਸਾ ਰੋਟੀਆ ਜੋ ਲੈਣੇ ਤੇ ਬਾਅਦ ਯਹੂਦਾ 'ਚ ਸ਼ੈਤਾਨ ਬੱਸੀ ਗਿਆ। ਯਹੂਦਾ ਨਿਕਲੀ ਕਰੀ ਈਸਵੇ ਜੋ ਪਕੜਵਾਉਣੇ ਤਾਈਂ ਯਹੂਦੀ ਅਗਵਾਂ ਦੀ ਮਦਦ ਕਰਨੇ ਜੋ ਚਲੀ ਗਿਆ। ਇਹ ਰਾਤੀ ਦਾ ਵਕਤ ਥਾ। ਖਾਣੇ ਤੇ ਬਾਅਦ ਈਸੂ ਕਨੇ ਤਿਸਦੇ ਚੇਲੇ ਜੈਤੂਨ ਪਹਾੜੇ ਜੋ ਚਲੀ ਗਏ। ਈਸਵੇ ਗਲਾਇਆ, ਤੁਹਾਂ ਸਾਰੇ ਅੱਜ ਰਾਤੀ ਮਿੰਜੋ ਛੱਡੀ ਦਿੰਗੇ, ਇਹ ਲਿਖਿਆ ਹੈ ਮੈਂ ਚਰਵਾਹੇ ਜੋ ਮਾਰਗਾ ਕਨੇ ਸਾਰੀਆਂ ਭੇਡਾਂ ਰੂਹਾਂ ਪ੍ਰਾਂ ਹੋਈ ਜਾਂਗੀਆਂ। ਪਤਰਸੇ ਜਵਾਬ ਦਿੱਤਾ, ਭਲੇ ਹੀ ਬਾਕੀ ਦੇ ਸਾਰੇ ਤੀਜੋ ਛੱਡੀ ਦੇਣ, ਮੈਂ ਨਹੀਂ ਛੱਡਗਾ। ਤਾਲੂ ਇਸਮੈਂ ਪਤਰਸੇ ਜੋ ਗਲਾਇਆ, ਸ਼ੈਤਾਨ ਤੁਹਾਂ ਸਾਰਿਆਂ ਜੋ ਲਈ ਲੈਣਾ ਚਾਹੁੰਦਾ ਹੈ, ਅਪਰ ਹੇ ਪਤਰਸ, ਮੈਂ ਤੀਜੋ ਤਾਈਂ ਪ੍ਰਾਰਥਨਾ ਕੀਤੀ ਹੈ ਕਿ ਤੂੰ ਵਿਸ਼ਵਾਸੇ ਤੇ ਮੁੜੀ ਨਹੀਂ ਜਾ, ਫਿਰ ਵੀ ਅਜੇ ਦੀ ਰਾਤੀ ਮੁਰਗੇ ਦੇ ਮਾਂਗ ਦੇਣੇ ਦੇ ਪਹਿਲੇ ਤੂੰ 3 ਵਾਰੀ ਮਨਾ ਕਰਗਾ ਕਿ
ਮਿੰਜੋ ਜਾਣਦਾ ਵੀ ਨਹੀਂ ਹੈ। ਪਤਰਸ ਹੈ ਤਾਲੂ ਈਸਵੇ ਜੋ ਗਲਾਇਆ, ਭਲੇ ਹੀ ਮੈਂ ਮਰੀ ਵੀ ਜਾਂਗਾ, ਮੈਂ ਕਦੀ ਵੀ ਤੀਜੇ ਤੇ ਨਹੀਂ ਮੁਕਰਗਾ। ਬਾਕੀ ਦੇ ਸਾਰੇ ਚੇਲੇ ਵੀ ਇਹੀ ਗਲਾਇਆ। ਤਾਲੂ ਈਸੂ ਆਪਣੇ ਚੇਲੇ ਸੋਗੀ ਗਤਸਮਨੀ ਨਾਏ ਦੀ ਜਗ੍ਹਾ 'ਚ ਜਗ੍ਹਾ ਪਰ ਗਿਆ। ਈਸਵੇ ਆਪਣੇ ਚੇਲੇ ਜੋ ਪ੍ਰਾਰਥਨਾ ਕਰਨੇ ਤਾਂ ਗਲਾਇਆ ਤਾਂ ਕਿ ਸ਼ੈਤਾਨ ਇਹਨਾਂ ਦੀ ਪ੍ਰੀਖਿਆ ਨਹੀਂ ਕਰੇ। ਤਾਲੂ ਈਸੂ ਪ੍ਰਾਰਥਨਾ ਕਰਨੇ ਤਾਂ ਚਲੀ ਗਿਆ। ਈਸਵੇ ਤਿੰਨ ਵਾਰੀ ਪ੍ਰਾਰਥਨਾ ਕੀਤੀ, ਹੇ ਮੇਰੇ ਪਿਤਾ, ਅਗਰ ਹੋ ਸਕਦਾ ਹੈ ਤਾਂ ਕਿਰਪਾ ਕਰਕੇ ਇਹ ਦੁੱਖੇ ਦਾ ਕਟੋਰਾ ਪੀਣੇ ਤਾਈਂ ਮਿੰਜੋ ਮਤ ਦਿਆ, ਅਪਰ ਜੇ ਲੋਕਾਂ ਦੇ ਪਾਪਾਂ ਜੋ ਮਾਫ ਕਰਨੇ ਤਾਈਂ ਕੋਈ ਹੋਰ ਰਸਤਾ ਨਹੀਂ ਹੈ ਤਾਂ ਤੇਰੀ ਇੱਛਾ ਪੂਰੀ ਹੋਵੇ। ਈਸੂ ਬੜਾ ਭਾਰੀ ਦੁਖੀ ਥਾ, ਕਨੇ ਇਸਦਾ ਪਸੀਨਾ ਖੂਨੇ ਦੀਆਂ ਬੂੰਦਾ ਸਹੀਏ ਥਾ। ਇਸੇ ਸਮਰਥ ਦੇਣੇ ਤਾਈਂ ਪਰਮਾਤਮਾ ਇੱਕ ਸਵਰਗ ਦੂਤੇ ਜੋ ਗੱਲਿਆ। ਹਰ ਵਾਰੀ ਪ੍ਰਾਰਥਨਾ ਦੇ ਬਾਅਦ ਈਸੂ ਆਪਣੇ ਚੇਲਿਆਂ ਵਾਲੀ ਵਾਪਸ ਆਇਆ, ਅਪਰ ਸਹਿ ਸੋਈ ਗਈ ਉੱਥੇ। ਜਾਲੂ ਈਸੂ ਤ੍ਰੀ ਵਾਰੀ ਵਾਪਸ ਆਇਆ ਤਾਂ ਈਸਮੇ ਗਲਾਇਆ, ਉੱਠੀ ਪੋਆ, ਮਿੰਜੋ ਪਕੜਨੇ ਵਾਲੇ ਇੱਥੋਂ ਹਨ। ਯਹੂਦੀ ਅਗਵਾਂ ਸੈਨਿਕਾਂ ਕਨੇ ਇੱਕ ਬੜੀਆ ਭੀੜਾ ਦੇ ਸੋਗੀ ਯਹੂਦਾ ਆਇਆ, ਜਿਹਨਾਂ ਤਲਵਾਰਾਂ ਕਨੇ ਡਾਂਗਾਂ ਲਈਆਂ ਥੀਆਂ। ਯਹੂਦਾ ਈਸਵੇ ਲਿਆਈ ਕਰੀ, ਜਿਸਨੇ ਗਲਾਇਆ, ਹੇ ਗੁਰੂ ਨਮਸਤੇ, ਕਨੇ ਤਿਸੀ ਚੁੰਮੀ ਲਿਆ। ਤਿੰਨੀ ਪਕੜਵਾਏ ਜਾਣੇ ਵਾਲੇ ਮਾਣਵੇ ਜੋ ਯਹੂਦੀ ਅਗਵਾਂ ਪਰ ਜ਼ਾਹਿਰ ਕਰਨੇ ਤਾਈਂ ਇਹ ਦੇਖ ਕਿਤੇ ਥਾ। ਤਾਲੂ ਈਸਵੇ ਗਲਾਇਆ, ਹੇ ਯਹੂਦਾ, ਕਿਆ ਤੂੰ ਇੱਕੀ ਚੁੰਮਨੇ ਤੇ ਮਿੰਜੋ ਪਕੜਵਾਉਂਦਾ ਹੈ? ਜਾਲੂ ਸਹਿ ਸੈਨਿਕ ਈਸਵੇ ਜੋ ਪਕੜਾ ਦੇ ਥੇ ਤਾਂ ਪਤਰਸ ਹੈ ਆਪਣੀ ਤਲਵਾਰਾ ਕੱਢੀ ਕਰੀ, ਕਨੇ ਮਹਾਯਾਜਕੇ ਦੇ ਇੱਕੀ ਦਾਸੇ ਦਾ ਕੰਨ ਕੱਟੀ ਦਿੱਤਾ। ਈਸਵੇ ਗਲਾਇਆ, ਤਲਵਾਰਾ ਜੋ ਦੂਰ ਕਰ, ਮੈਂ ਆਪਣੇ ਪਿਤੇ ਤੇ ਮਿੰਜੋ ਬਚਾਉਣੇ ਤਾਈਂ ਸਵਰਗਦੂਤਾਂ ਦੀ ਇੱਕ ਸੈਨਾ ਤਾਈਂ ਬੇਨਤੀ ਕਰੀ ਸਕਦਾ ਹੈ, ਅਪਰ ਮਿੰਜੋ ਮੇਰੇ ਪਿਤਾ ਦੀ ਗੱਲ ਮੰਨਣੀ ਹੈ। ਤਾਲੂ ਈਸਵੇ ਇਸ ਮਾਣੂਏ ਦੇ ਕੰਨੇ ਜੋ ਠੀਕ ਕਰੀ ਦਿੱਤਾ, ਤਾਲੂ ਸਾਰੇ ਚੇਲੇ ਨਸੀ ਗਏ।